ਦੋਸਤੋ ਦਰਪਨ ਕੋਚਿੰਗ ਸੈਂਟਰ ਦਾ ਚੈਨਲ ਦੇਖ ਰਹੇ ਸਾਰੇ ਦੋਸਤਾਂ ਨੂੰ ਨਮਸਕਾਰ ਅੱਜ ਆਪਾਂ ਇੱਕ ਬਹੁਤ ਹੀ ਵੱਡੀ ਗੁੱਡ ਨਿਊਜ਼ ਦੇ ਉੱਪਰ ਡਿਸਕਸ ਕਰਨ ਵਾਲੇ ਹਾਂ ਪੰਜਾਬ ਨੈਸ਼ਨਲ ਬੈਂਕ ਗੁਰਦਾਸਪੁਰ ਪੰਜਾਬ ਠੀਕ ਹੈ ਜੀ ਗੁਰਦਾਸਪੁਰ ਪੰਜਾਬ ਦੇ ਵਿੱਚ ਭਰਤੀ ਆਈ ਹੈ ਭਰਤੀ ਦਾ ਨਾਮ ਹੈ اٹੈਂਡਰ اٹੈਂਡਰ ਦਾ ਮਤਲਬ ਹੁੰਦਾ ਹੈ ਟੈਂਡ ਕਰਨ ਵਾਲਾ ਯਾਨੀ ਕਿ ਜਿਹੜਾ ਬੈਂਕ ਦੇ ਬਾਹਰ ਗਨ ਲੈ ਕੇ ਖੜਾ ਰਹੇਗਾ ਇੰ ਸਾਰੇ ਕਸਟਮਰਸ ਨੂੰ ਅਟੈਂਡ ਕਰੇਗਾ ਆਮ ਪਾਸ਼ਾ ਜੀ ਨੂੰ ਸਿਕਿਉਰਿਟੀ ਗਾਰਡ ਕਹਿੰਦੇ ਨੇ ਪਰ ਇਹਦਾ ਨਾਮ ਅਟੈਂਡਰ ਰੱਖਿਆ ਗਿਆ ਇਸ ਵਾਰ ਕਿਉਂਕਿ ਉਹਨਾਂ ਸਿਰਫ ਸਿਕਿਉਰਿਟੀ ਨਹੀਂ ਦੇਣੀ ਜਿਨ੍ਹਾਂ ਨੇ ਜੌਬ ਕਰਨੀ ਆ ਬਲਕਿ ਸਾਰੇ ਕਸਟਮਰਸ ਨੂੰ ਅਟੈਂਡ ਵੀ ਕਰਨਾ ਹੈ ਠੀਕ ਹੈ ਜੀ ਇਸ ਭਰਤੀ ਬਾਰੇ ਆਪਾਂ ਗੱਲ ਕਰਾਂਗੇ ਇਹ ਭਰਤੀ ਵੈਸੇ ਤਾਂ ਗੁਰਦਾਸਪੁਰ ਪੰਜਾਬ ਦੀ ਹੈ ਲੇਕਿਨ ਪੰਜਾਬ ਦੇ ਕਿਸੇ ਵੀ ਏਰੀਆ ਤੋਂ ਜੇ ਤੁਸੀਂ ਮੈਨੂੰ ਸੁਣ ਰਹੇ ਹੋ ਤਾਂ ਤੁਸੀਂ ਇਹ ਭਰਤੀ ਭਰ ਸਕਦੇ ਹੋ ਪੰਜਾਬ ਤੋਂ ਬਾਹਰ ਵਾਲੇ ਵੀ ਐਲੀਜੀਬਲ ਹੈ ਕੋਈ ਸ਼ੱਕ ਨਹੀਂ ਆ ਪਰ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਵਾਸੀਆਂ ਨੂੰ ਹੀ ਪਹਿਲ ਦਿੱਤੀ ਜਾਏਗੀ ਜੋ ਨੋਟੀਫਿਕੇਸ਼ਨ 'ਚ ਲਿਖਿਆ ਹੈ ਚਲੋ ਸ਼ੁਰੂ ਕਰਦੇ ਹਾਂ ਇਸ ਵੀਡੀਓ ਨੂੰ ਸਭ ਤੋਂ ਪਹਿਲਾਂ ਡਿਪਾਰਟਮੈਂਟ ਦੀ ਗੱਲ ਕਰੀਏ ਤਾਂ ਪੰਜਾਬ ਨੈਸ਼ਨਲ ਬੈਂਕ ਦੀ ਹੈ ਭਰਤੀ ਹੈ ਮੈਂ ਤੁਹਾਨੂੰ ਪਹਿਲੇ ਹੀ ਦੱਸ ਚੁੱਕਾ ਹਾਂ ਪੋਸਟ ਦੀ ਗੱਲ ਕਰੀਏ ਤਾਂ ਇਹ اٹੈਂਡਰ ਦੀ ਭਰਤੀ ਹੈ ਯਾਨੀ ਕਿ ਸਿਕਿਉਰਿਟੀ ਗਾਰਡ ਕਨਫਿਊਜ਼ ਨਹੀਂ ਹੋਣਾ اٹੈਂਡਰ ਤੇ ਸਿਕਿਉਰਿਟੀ ਗਾਰਡ ਦੇ ਵਿੱਚ اٹੈਂਡਰ ਦਾ ਕੰਮ ਹੁੰਦਾ ਹੈ ਗਨ ਲੈ ਕੇ ਖੜੇ ਰਹਿਣਾ ਕੀਟ ਦੇ ਲੱਗ ਗਈ ਐਂਡ ਸਾਰੇ ਨੂੰ ਅਟੈਂਡ ਕਰਨਾ ਜਿਹੜੇ ਵੀ ਕਸਟਮਰ ਆਏ ਨੇ ਉਹਨਾਂ ਨੂੰ ਅਟੈਂਡ ਕਰਨਾ ਐਂਡ ਜੋ ਵੀ ਉਹਨਾਂ ਦੀ ਪ੍ਰੋਬਲਮ ਹੈ ਉਹਨੂੰ ਸੋਲਵ ਕਰਨਾ ਜੇ ਕਿਸ ਨੂੰ ਲੋਨ ਚਾਹੀਦਾ ਉਹਨੂੰ ਲੋਨ ਡਿਪਾਰਟਮੈਂਟ ਵੱਲ ਭੇਜਣਾ ਜੋ ਵੀ ਪ੍ਰੋਬਲਮ ਹੈ ਉਹ ਸੋਲਵ ਕਰਨਾ ਇਸ ਤੋਂ ਬਾਅਦ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਇਸ ਟਾਈਮ ਮੇ ਗੁਰਦਾਸਪੁਰ ਚ ਭਰਤੀ ਹੈ ਐਂਡ ਤੁਸੀਂ ਪੰਜਾਬ ਦੇ ਕਿਸੇ ਵੀ ਏਰੀਆ ਤੋਂ ਭਰ ਸਕਦੇ ਹੋ ਇੱਕ ਵਾਰ ਤੁਸੀਂ ਚੱਲ ਜਾਂਦੇ ਹੋ ਗੁਰਦਾਸਪੁਰ ਵਾਲੀ ਬ੍ਰਾਂਚ ਫਿਰ ਤੁਸੀਂ ਟ੍ਰਾਂਸਫਰ ਲੈ ਕੇ ਕਿਤੇ ਵੀ ਜਾ ਸਕਦੇ ਹੋ ਕਿਸੇ ਵੀ ਸਟੇਟ ਆਪਣੇ ਕਿਸੇ ਵੀ ਜ਼ਿਲ੍ਹੇ ਚ ਜਾ ਸਕਦੇ ਹੋ ਉਹ ਵੱਖਰੀ ਗੱਲ ਹੈ ਅੱਛਾ ਕੌਣ ਪਾਰਟਿਸਿਪੇਟ ਕਰ ਸਕਦਾ ਹੈ ਸਾਰੇ ਲਈ ਭਰਤੀ ਹੈ ਲੇਕਿਨ ਸਾਬਕਾ ਫੌਜੀਆਂ ਨੂੰ ਇੱਥੇ ਪਹਿਲ ਦਿੱਤੀ ਗਈ ਹੈ ਅਗਰ ਉਹਨਾਂ ਨੂੰ ਸਾਬਕਾ ਫੌਜੀ ਵਧੀਆ ਕੈਂਡੀਡੇਟ ਮਿਲ ਜਾਂਦਾ ਹੈ ਤਾਂ ਉਹਨੂੰ ਹੀ ਪ੍ਰੈਫਰ ਕਰਨਗੇ ਪਰ ਇਹਦਾ ਮਤਲਬ ਇਹ ਨਹੀਂ ਕਿ ਬਾਕੀ ਭਰ ਨਹੀਂ ਸਕਦੇ ਭਰ ਸਾਰੇ ਸਕਦੇ ਆ ਲੇਕਿਨ ਪਹਿਲ ਜੇ ਸਾਬਕਾ ਫੌਜੀਆਂ ਨੂੰ ਹੀ ਮਿਲੇਗੀ ਫੀਸ ਦੀ ਗੱਲ ਕਰ ਲੈਂਦੇ ਆ ਇਸ ਵਾਰੀ ਪੰਜਾਬ ਨੈਸ਼ਨਲ ਬੈਂਕ ਨੇ ਇੱਕ ਵੀ ਰੁਪਈਆ ਨਹੀਂ ਲਿਆ ਕਿਸੇ ਕੋਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਰਕਾਰੀ ਫੀਸ ਤੁਹਾਡੀ ਨਹੀਂ ਲੱਗੇਗੀ 0 ਰੁਪਏ ਫੀਸ ਹੈ ਸੈਲਰੀ ਦੀ ਗੱਲ ਕਰ ਲੈਂਦੇ ਆ ਹਾਂਜੀ ਇਥੇ ਤੁਹਾਨੂੰ ਸਿਰ ਬੇਸਿਕ ਨਹੀਂ ਮਿਲਣੀ ਹੋਰ ਵੀ ਬੜੀਆਂ ਸਾਰੀਆਂ ਸਹੂਲਤਾਂ ਮਿਲਣੀਆਂ ਨੇ ਧਿਆਨ ਨਾਲ ਸੁਣ ਲਓ ਕਿਉਂਕਿ ਇਹ ਟੈਂਡਰ ਹੈ 8000 ਰੁਪਏ ਤਾਂ ਪਹਿਲਾਂ ਕੱ ਲਈ ਬੇਸਿਕ ਪੇ ਹੀ ਹੋਏਗੀ ਤੁਹਾਡੀ ਠੀਕ ਹੈ ਜੀ ਉਸ ਤੋਂ ਬਾਅਦ 8000 ਰੁਪਏ ਬੇਸਿਕ ਪੇ ਤੋਂ ਬਾਅਦ ਇੱਕ ਹੋਰ ਚੀਜ਼ ਤੁਹਾਨੂੰ ਮਿਲੇਗੀ ਉਹ ਹੈ ਟਰੈਵਲ ਅਲਾਨਸ 500 ਰੁਪਏ ਦਾ ਟਰੈਵਲ ਅਲਾਨਸ ਵੀ ਮਿਲੇਗਾ ਮੈਡੀਕਲ ਅਲਾਨਸ 2000 ਰੁਪਏ ਦਾ ਮੈਡੀਕਲ ਅਲਾਨਸ ਵੀ ਮਿਲੇਗਾ ਇਸ ਤੋਂ ਇਲਾਵਾ ਤੁਹਾਨੂੰ ਮਿਲੇਗੀ ਜੀ ਇੰਸ਼ੋਰੈਂਸ ਇੰਸ਼ੋਰੈਂਸ ਦਾ ਮਤਲਬ ਹੈ ਕਿ ਖੁਦਾ ਨਾ ਖਾਸਤਾ ਤੁਹਾਨੂੰ ਕੁਝ ਹੋ ਜਾਂਦਾ ਹੈ ਤਾਂ ਤੁਹਾਡੀ ਫੈਮਲੀ ਨੂੰ ਇੱਕ ਵੱਡ ਠੀਕ ਹੈ ਜੀ ਇੰਸ਼ੋਰੈਂਸ ਤੋਂ ਇਲਾਵਾ ਤੁਹਾਨੂੰ ਸਾਲ ਦੀਆਂ 12 ਕੈਜ਼ੂਅਲ ਲੀਵਸ ਯਾਨੀ ਕਿ ਆਮ ਛੁੱਟੀਆਂ ਤਿੰਮੀਨੇ ਦੀ ਇੱਕ ਛੁੱਟੀ ਲੈ ਸਕਦੇ ਹੋ ਐਂਡ 10 ਸਿਕ ਲੀਵਸ ਸਿਕ ਲੀਵਸ ਦਾ ਮਤਲਬ ਹੁੰਦਾ ਹੈ ਕਿ ਅਗਰ ਬਿਮਾਰੀ ਕਰਕੇ ਤੁਹਾਨੂੰ ਛੁੱਟੀ ਲੈਣੀ ਪੈਂਦੀ ਹੈ ਤਾਂ ਸਾਲ ਦੀਆਂ 10 ਛੁੱਟੀਆਂ ਤੁਸੀਂ ਉਹ ਵੀ ਲੈ ਸਕਦੇ ਹੋ ਹੋਰ ਵੀ ਬਹੁਤ ਸਾਰੀ ਸਹੂਲਤਾਂ ਅਗਰ ਮੈਂ ਦੱਸਣ ਲੱਗਾ ਤਾਂ ਵੀਡੀਓ ਲੰਬੀ ਹੋ ਜਾਏਗੀ ਕਾਫੀ ਸਾਰੀ ਸਹੂਲਤ ਹੈ ਹੁਣ ਗੱਲ ਕਰ ਲਈਏ ਜੀ ਕੁਆਲਿਫਿਕੇਸ਼ਨ ਦੀ ਕੁਆਲੀਫਿਕੇਸ਼ਨ ਬਾਰੇ ਬੜੇ ਬੜਾ ਧਿਆਨ ਨਾ ਸੁਣੋ ਐਸੀ ਜਿਆਦਾ ਧਿਆਨ ਸੁਣਨੀ ਵੀ ਲੋੜ ਨਹੀਂ ਹੈ ਕਿਉਂਕਿ ਇਹਦੇ ਵਿੱਚ ਸਿਰਫ 10ਵੀਂ ਮੰਗੀ ਗਈ ਹੈ ਹੋਰ ਕੁਝ ਨਹੀਂ ਹੈ ਇਸ ਤੋਂ ਇਲਾਵਾ ਤਾਂ ਡੀ ਪੰਜਾਬੀ ਲਿਖਣੀ ਪੜ੍ਹਨੀ ਬੋਲਣੀ ਹੋਣੀ ਚਾਹੀਦੀ ਹੈ ਇਹਦਾ ਮਤਲਬ ਜੇ ਪੰਜਾਬ ਤੋਂ ਕੋਈ ਬਾਹਰੋਂ ਵੀ ਆ ਰਿਹਾ ਹੈ ਤਾਂ ਉਹਦਾ ਵੀ ਚਾਂਸ ਹੈਗਾ ਹੈ ਪਰ ਜਿੱਦਾਂ ਮੈਂ ਕਿਹਾ ਕਿ ਪੰਜਾਬੀਆਂ ਨੂੰ ਪਹਿਲ ਦਿੱਤੀ ਜਾਏਗੀ ਕਿਉਂਕਿ ਇਹ ਗੁਰਦਾਸਪੁਰ ਦੀ ਪਲਤੀ ਹੈ ਲੇਕਿਨ ਪੰਜਾਬੀ ਵੀ ਜਿਹੜੇ ਸੁਣ ਰਹੇ ਹਨ ਉਹਨਾਂ ਨੂੰ ਲੀ ਪੰਜਾਬੀ ਲਿਖਣੀ ਪੜ੍ਹਨੀ ਬੋਲਣੀ ਸਭ ਕੁਝ ਵਧੀਆ ਤਰੀਕੇ ਨਾਲ ਲਾਣਾ ਚਾਹੀਦਾ ਹੋਰ ਕੋਈ ਵੀ ਕੰਡੀਸ਼ਨ ਨਹੀਂ ਹੈਗੀ ਇਹਦੇ ਵਿੱਚ ਇਸ ਤੋਂ ਬਾਅਦ ਗੱਲ ਕਰ ਲੈਣੀ ਆਪਾਂ ਯਾਨੀ ਕਿ ਇਹ ਰੀਸਿਲੈਕਸ਼ਨ ਕਿਦਾਂ ਹੋਏਗੀ ਦੇਖੋ ਇਹ ਇੱਕ اٹੈਂਡੈਂਟ ਦੀ ਭਰਤੀ ਹੈ ਯਾਨੀ ਕਿ ਸਿਕਿਉਰਿਟੀ ਦੀ ਭਰਤੀ ਹੈ ਤਾਂ ਕੋਈ ਰਿਟਰਨ ਪੇਪਰ ਤੇ ਦਾ ਨਹੀਂ ਹੋਏਗਾ ਠੀਕ ਹੈ ਕੋਈ ਵੀ ਰਿਟਰਨ ਪੇਪਰ ਨਹੀਂ ਹੋਏਗਾ ਕੋਈ ਵੀ ਫਿਜ਼ੀਕਲ ਟੈਸਟ ਵੀ ਨਹੀਂ ਹੋਏਗਾ ਇੱਥੇ ਮੈਨੂੰ ਥੋੜੀ ਹੈਰਾਨੀ ਜ਼ਰੂਰ ਹੋਈ ਜਦੋਂ ਮੈਂ ਪੜਿਆ ਕਿ ਫਿਜ਼ੀਕਲ ਟੈਸਟ ਵੀ ਨਹੀਂ ਹੈਗਾ ਠੀਕ ਹੈ ਕਿਉਂਕਿ ਅਟੈਂਡੈਂਟ ਦਾ ਮਤਲਬ ਹੁੰਦਾ ਹੈ ਗਾਰਡ ਸਿਕਿਉਰਿਟੀ ਗਾਰਡ ਤਾਂ ਉਚਿਤ ਉਹਦਾ ਫਿਜ਼ੀਕਲੀ ਫਿਟ ਹੋਣਾ ਬਹੁਤ ਜ਼ਰੂਰੀ ਹੈ ਪਰ ਕਿਉਂਕਿ ਉਹਨੇ ਨੋਟੀਫਿਕੇਸ਼ਨ ਜੇ ਵੀ ਲਿਖਿਆ ਸੀਗਾ ਕਿ ਮੈਡੀਕਲ ਟੈਸਟ ਹੋਣਾ ਹੈ ਤਾਂ ਉਹਦਾ ਜੋ ਮੈਡੀਕਲ ਫਿਟਨੈਸ ਸਰਟੀਫਿਕੇਟ ਹੈ ਉਹ ਤੇ ਰਿਖ ਹੋਣਾ ਚਾਹੀਦਾ ਹੈ ਜਾਂ ਮੈਡੀਕਲ ਟੈਸਟ ਤਰ੍ਹਾਂ ਹੋਏਗਾ ਤਾਂ ਉਹਦੇ ਬਿਹਾਫ ਤੇ ਹੀ ਉਹਨਾਂ ਨੇ ਤੁਹਾਨੂੰ ਰੱਖ ਲੈਣਾ ਹੈ ਮੈਡੀਕਲ ਫਿਟਨੈਸ ਦੇ ਬੇਸ ਤੇ ਐਂਡ ਦੂਸਰਾ ਹੈ ਪਰਸਨਲ ਇੰਟਰਵਿਊ ਠੀਕ ਹੈ ਜਿਹਦੇ ਵਿੱਚ ਤੁਹਾਨੂੰ ਇੰਟਰਵਿਊ ਨਾਲ ਰਿਲੇਟਿਡ ਸਵਾਲ ਪੁੱਛੇ ਜਾਣਗੇ ਪਿਛਲੀ ਵਾਰ ਜੋ ਮੈਂ ਵਾਦਾ ਕੀਤਾ ਸੀ ਕਚੇਰੀ ਆ ਵੀਡੀਓ ਕਚੇਰੀ ਵਾਲੀ ਇੰਟਰਵਿਊ ਦੀ ਵੀਡੀਓ ਬਣਾਉਣਾ ਤਾਂ ਉਹ ਮੈਂ ਆਪਣਾ ਪੂਰਾ ਕਰਤਾ ਕਿਉਂਕਿ 10 ਤੋਂ ਜ਼ਿਆਦਾ ਕਮੈਂਟ ਆ ਗਈ ਸੀ ਅਗਰ ਤੁਸੀਂ ਇਸ ਭਰਤੀ ਦੀ ਵੀ ਵੀਡੀਓ ਚਾਹੁੰਦੇ ਹੋ ਤਾਂ ਫਿਰ ਤੋਂ ਉਹੀ ਕੰਡੀਸ਼ਨ ਰਹੇਗੀ ਮੇਰੀ ਕਿ 10 ਲੋਕ ਤੱਕ ਡਟੋ-ਡਟ ਹੋਣ ਜਿਹੜੇ ਕਰਨਾ ਚਾਹੁੰਦੇ ਆਗੇ ਨਹੀਂ ਤਾਂ ਫਿਰ ਚਲੋ ਕੋਈ ਗੱਲ ਨਹੀਂ ਚਲੋ ਕਰੈਂਟਲੀ ਤਾਂ ਦੀ ਇੰਟਰਵਿਊ ਬੇਸ ਤੇ ਭਰਤੀ ਹੋ ਜਾਨੀ ਹੈ ਠੀਕ ਹੈ ਵੀਡੀਓ ਤੇ ਕਹੋਗੇ ਤੇ ਮੈਂ ਬਣਾਈ ਦੂੰਗਾ ਉਸ ਤੋਂ ਬਾਅਦ ਆ ਗਿਆ ਪ੍ਰੋਸੀਜਰ ਪ੍ਰੋਸੀਜਰ ਦਾ ਮਤਲਬ ਹੈ ਕਿ ਇਸ ਫਾਰਮ ਨੂੰ ਭਰিয়ে ਕਿਦਾਂ ਦੇਖੋ ਸਿੰਪਲ ਹੈ ਇੱਕ ਆਫਲਾਈਨ ਫਾਰਮ ਹੈ ਇਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਤੇ ਦੇ ਦਿੱਤਾ ਹੈ ਤੁਸੀਂ ਉੱਥੋਂ ਪ੍ਰਿੰਟ ਕਰਵਾ ਲਓ ਠੀਕ ਹੈ ਐਂਡ ਉਹਨੂੰ ਪੂਰਾ ਭਰ ਲਓ ਤੇ ਨਾਲ ਕੁਝ ਡਾਕੂਮੈਂਟਸ ਸਾਡੇ ਲੱਗਣੇ ਆ ਡਾਕੂਮੈਂਟ ਜਿਹੜਾ ਨੋਟ ਕਰ ਲਓ ਇਹਦੇ ਵਿੱਚੋਂ ਕੁਝ ਡਾਕੂਮੈਂਟ ਤਾਂ ਰਹਿਣਾ ਨਹੀਂ ਚਾਹੀਦਾ ਇੱਕ ਤੇ ਤੁਹਾਡਾ ਟੈਂਸ਼ਨ ਦਾ ਸਰਟੀਫਿਕੇਟ ਲੱਗਣਾ ਹੈ ਜੀ ਤੁਹਾਨੂੰ ਕੋਈ ਐਕਸਪੀਰੀਅੰਸ ਹੈ ਕਿਸੇ ਜੌਬ ਦਾ ਐਕਸਪੀਰੀਅੰਸ ਸਰਟੀਫਿਕੇਟ ਵੀ ਨਾਲ ਲਾ ਦਿਓ ਡੇਟ ਆਫ ਬਰਥ ਪ੍ਰੂਫ ਲਗਾਉਣਾ ਹੈ ਜੋ ਤੁਸੀਂ 10ਵੀਂ ਦਾ ਵੀ ਲਗਾ ਸਕਦੇ ਹੋ ਹੋਰ ਵੀ ਕੋਈ ਲਗਾ ਸਕਦੇ ਹੋ ਆਧਾਰ ਕਾਰਡ ਲਗਾਉਣਾ ਹੈ ਠੀਕ ਹੈ ਪੈਨ ਕਾਰਡ ਲਗਾਉਣਾ ਹੈ ਠੀਕ ਹੈ ਐਂਡ ਜੇ ਤੁਸੀਂ ਐਕਸਰਸ ਮੈਨ ਹੋ ਤਾਂ ਡਿਸਚਾਰਜ ਬੁੱਕ ਵੀ ਨਾਲ ਲੱਗੇਗੀ ਇਹ ਜਿੰਨੇ ਮੈਂ ਡਾਕੂਮੈਂਟ ਬੋਲੇ ਆ ਸਾਰੇ ਫੋਟੋਸਟੇਟ ਕਰਵਾ ਲਓ ਅਟੈਸਟ ਮਤਲਬ ਸੈਲਫ ਅਟੈਸਟ ਯਾਨੀ ਕਿ ਆਪਣੇ ਹੀ ਸਾਈਨ ਉਹਦੇ ਉੱਪਰ ਕਰੋ ਠੀਕ ਹੈ ਫਾਰਮ ਜਿਹੜਾ ਵਾ ਉਹ ਡਿਸਕ੍ਰਿਪਸ਼ਨ ਬਾਕਸ ਡਾਊਨਲੋਡ ਕਰਕੇ ਪ੍ਰਿੰਟ ਕਰਵਾ ਲਓ ਪਰ ਕੇ ਇੱਕ ਲਫਾਫੇ ਚ ਪਾ ਕੇ ਐਸ ਅਡਰੈਸ ਤੇ ਭੇਜ ਦਿਓ ਆਹ ਅਡਰੈਸ ਤੁਹਾਡੇ ਸਾਹਮਣੇ ਆ ਉਨੀ ਐਡਰੈਸ ਪਠਾਨਕੋਟ ਦਾ ਹੈ ਲੇਕਿਨ ਜੋਬ ਗੁਰਦਾਸਪੁਰ ਦੀ ਇਹ ਪਹਿਲੇ ਕਲੀਅਰ ਕਰ ਲੋ ਕਿਉਂਕਿ ਗੁਰਦਾਸਪੁਰ ਨੂੰ ਪਠਾਨਕੋਟ ਸਰਕਲ ਲੱਗਦਾ ਹੈ ਤਾਂ ਕਰਕੇ ਐਡਰੈਸ ਜੂਰ ਪਠਾਨਕੋਟ ਦਾ ਮੈਂ ਉਚ ਨਹੀਂ ਮਨਾ ਕਰ ਰਿਹਾ ਲੇਕਿਨ ਬਾਰ ਬਾਰ ਕਹਿ ਰਹੇ ਨੇ ਜੋਬ ਗੁਰਦਾਸਪੁਰ ਦੀ ਹੀ ਹੋਏਗੀ ਗੁਰਦਾਸਪੁਰ ਵਿੱਚ ਹੀ ਹੋਏਗੀ ਗੁਰਦਾਸਪੁਰ ਵਾਲੀ ਪੀ ਐਨ ਬੀ ਬ੍ਰਾਂਚ ਹੋਏਗੀ ਠੀਕ ਹੈ ਜੀ ਆਹ ਐਡਰੈਸ ਦਾ ਸਕਰੀਨ ਸ਼ਾਟ ਲੈ ਲਓ ਤੇ ਇਸ ਐਡਰੈਸ ਤੇ ਤੁਸੀਂ ਪੋਸਟ ਕਰ ਦੇਣਾ ਅੱਛਾ ਉਸ ਤੋਂ ਬਾਅਦ ਜਿੱਦਾਂ ਮੈਂ ਤੁਹਾਨੂੰ ਦੱਸਿਆ ਕੋਈ ਰਿਟਨ ਟੈਸਟ ਨਹੀਂ ਹੈ ਠੀਕ ਹੈ ਕੋਈ ਫਿਜ਼ੀਕਲ ਟੈਸਟ ਨਹੀਂ ਹੈ ਕੁਝ ਨਹੀਂ ਹੈ ਸਿਰਫ ਇੰਟਰਵਿਊ ਹੋਣੀ ਹੈ ਮੀਡੀਅਮ ਆਫ ਇੰਟਰਵਿਊ ਇੱਥੇ ਕਿਹਾ ਗਿਆ ਹੈ ਦੇਖੋ ਮੀਡੀਅਮ ਆਫ ਇੰਟਰਵਿਊ ਪੰਜਾਬੀ ਹੀ ਰਹੇਗਾ ਤੇ ਇਹ ਕਿਸੇ ਹਾਲਤ ਤੇ ਚੇਂਜ ਨਹੀਂ ਹੋ ਸਕਦਾ ਤੁਸੀਂ ਹਿੰਦੀ 'ਚ ਵੀ ਇੰਟਰਵਿਊ ਨਹੀਂ ਦੇ ਸਕਦੇ ਕਿਉਂਕਿ ਸਾਫਟੀ ਕੰਡੀਸ਼ਨ ਇਹ ਆ ਪੰਜਾਬੀ 'ਚ ਹੀ ਹੋਣੀ ਚਾਹੀਦੀ ਉਹ ਮੈਨੂੰ ਪਤਾ ਹੈ ਪੰਜਾਬੀਆਂ ਨੂੰ ਕੋਈ ਪ੍ਰੋਬਲਮ ਨਹੀਂ ਹੋਈ ਇਸ ਚੀਜ਼ ਉੱਪਰ ਤੇ ਇਹਦੇ ਉੱਪਰ ਅਸੀਂ ਜ਼ਿਆਦਾ ਗੱਲ ਨਹੀਂ ਕਰਾਂਗੇ ਨੈਕਸਟ ਆ ਗਿਆ ਤਾਂ ਰੀਅਰ ਟਰਮਸ ਐਂਡ ਕੰਡੀਸ਼ਨਸ ਦੇਖੋ ਸਭ ਤੋਂ ਪਹਿਲੀ ਟਰਮ ਐਂਡ ਕੰਡੀਸ਼ਨ ਇਹ ਆ ਕਿ 31 12 2023 ਤੱਕ ਤੁਹਾਡੀ ਮਰਜ਼ੀ ਤੇ ਆਮ ਪਰਸਨ ਹੋ ਜੀ ਆਮ ਲੋਕ ਹੋ ਲਾਈਕ ਜਿਹੜੇ ਨੋਰਮਲ ਪੀਪਲ ਸਿਵਲ ਲੋਕ 40 ਸਾਲ ਤੋਂ ਵੱਧ ਨਹੀਂ ਹੋ ਚਾਹੀਦੀ ਐਕਸਰਸਮੈਨ ਲਈ ਕੰਡੀਸ਼ਨ ਨਹੀਂ ਰੱਖੀ ਨਾ ਨਹੀਂ ਆਮ ਲੋਕਾਂ ਲਈ ਰੱਖੀ ਹੈ 40 ਸਾਲ ਤੋਂ ਵੱਧ ਤੇ ਨਹੀਂ ਹੋਣੇ ਚਾਹੀਦੇ ਤੁਸੀਂ ਕਿਉਂਕਿ ਅਟੈਂਡੈਂਟ ਦੀ ਭਰਤੀ ਲਈ ਘੱਟੋ ਘੱਟ ਤਰਾ 40 ਸਾਲ ਦਾ ਹੋਣਾ ਜ਼ਰੂਰੀ ਹੈ ਮਿਨੀਮਮ ਮੈਕਸਿਮਮ ਨਹੀਂ 40 ਸਾਲ ਦੀ ਹੋ ਸਕਦੇ ਹੋ ਬਾਕੀ ਜਿਹੜੇ ਐਕਸਰਸਮੈਨ ਆ ਉਹਨਾਂ ਦੀ ਕੋਈ ਏਜ ਲਿਮਟ ਇੱਥੇ ਨਹੀਂ ਰੱਖੀ ਗਈ ਬਸ ਉਹ ਫਿਜ਼ੀਕਲੀ ਥੋੜੇ ਫਿਟ ਟੋਨ ਮੈਡੀਕਲੀ ਫਿਟ ਟੋਨ ਐਂਡ ਇੰਟਰਵਿਊ ਆਪਣੀ ਕਲੀਅਰ ਕਰ ਲੈਣ ਦੂਸ ਕੰਟਰੈਕਟ ਬੇਸਡ ਜੋਬ ਹੈ ਫਿਕਰ ਵਾਲੀ ਕੋਈ ਗੱਲ ਇਸ ਕਰਕੇ ਨਹੀਂ ਆ ਕਿਉਂਕਿ ਮੇਰੇ ਖੁਦ ਦੇ ਪਾਪਾ ਜੋਨੇ ਮਤਲਬ ਉਹ ਬੈਂਕ ਮੇਰੇ ਪਾਪਾ ਪੱਕੇ ਸੀਗੇ ਲੇਕਿਨ ਬੈਂਕ ਜੀ ਤਾਂ ਜੌਬ ਕਰਦੇ ਸੀਗੇ ਤੋ ਉਥੇ ਵੀ ਪੰਜਾਬ ਐਂਡ ਸਿੰਧ ਬੈਂਕ ਦੀ ਗੱਲ ਕਰ ਰਿਹਾ ਉਥੇ ਵੀ ਇੱਕ ਲੜਕਾ ਚਲੋ ਉਹਦਾ ਮੈਂ ਨਾਮ ਨਹੀਂ ਦਸੂਗਾ ਤੁਹਾਨੂੰ ਉਹਨੂੰ ਰੱਖਿਆ ਸੀਗਾ ਇਤਰਾ ਹੀ ਇਸ ਤਰ੍ਹਾਂ ਵਨ ਇਅਰ ਕੰਟਰੈਕਟ ਤੇ ਰੱਖਿਆ ਸੀਗਾ ਉਹਨੂੰ ਲੇਕਿਨ ਉਹਦਾ ਕੰਮ ਉਹਨਾਂ ਨੂੰ ਇੰਨਾ ਪਸੰਦ ਆ ਕਿ ਅੱਜ ਦੀ ਡੇਟ 'ਚ ਉਹ ਮੁੰਡਾ ਪੱਕਾ ਹੋ ਗਿਆ ਐਂਡ ਹੂ ਨੋ ਕਲਰਕ ਦੀ ਤਿਆਰੀ ਕਰਕੇ ਕਲਰਕ ਬਣਦੀ ਫਿਤਰਤ ਚ ਤਰ ਠੀਕ ਹੈ ਤੋ ਕੇ ਕਹਿਣ ਦਾ ਮਤਲਬ ਇਹ ਹੈ ਕਿ ਭਰਤੀ ਜ਼ਰੂਰ ਕੰਟੈਕਟ ਬੇਸ ਵਨ ਵਨ ਇਅਰ ਕੰਟਰੈਕਟ ਬੇਸ ਡੇ ਇਚ ਕੋ पर 사ਚ ਗੱਲ ਇਹ ਵੀ ਆ ਕਿ ਅਗਰ ਤੁਸੀਂ 1 ਇਅਰ ਕੰਟਰੈਕਟ ਦੇ ਇਸ ਪਰ ਤੀ ਲੈ ਲੈਂਦੇ ਹੋ ਠੀਕ ਹੈ ਜੌਬ ਅਸੈਪਟ ਕਰ ਲੈਂਦੇ ਹੋ ਤਾਂ ਬੜੇ ਸਾਰੇ ਚਾਂਸਿਸ ਹੈਗੇ ਕਿ ਤੁਹਾਨੂੰ ਅੱਗੇ ਪੱਕਾ ਵੀ ਕਰ ਦਿੱਤਾ ਜਾਏਗਾ ਤੀਸਰੀ ਕੰਡੀਸ਼ਨ ਜਿਹੜੀ ਤੁਸੀਂ ਕਾਪੀਆਂ ਲਾ ਰਹੇ ਹੋ ਉਹ ਸਾਰੀਆਂ 셀ਫ ਅਟੈਸਟਡ ਹੋਣੀਆਂ ਚਾਹੀਦੀਆਂ ਮਤਲਬ ਉਹਦੇ ਤੇ ਤੁਹਾਡੇ ਆਪਣੇ ਸਾਈਨ ਹੋਣੇ ਚਾਹੀਦੇ ਆ ਜੌਬ ਦੀ ਗੱਲ ਕਰੀਏ 8 ਘੰਟੇ ਰੋਜ਼ ਜੌਬ ਹੋਏਗੀ ਵਿੱਚ 14 ਘੰਟੇ ਦਾ ਲੰਚ ਹੋਏਗਾ 2 ਤੋਂ ਲੈ ਕੇ 3:30 ਤੱਕ ਠੀਕ ਹੈ ਪੰਜਵੀਂ ਗੱਲ ਕਰੀਏ ਅਗਰ ਪੰਜਵੀਂ ਕੰਡੀਸ਼ਨ ਦੀ ਤੋ ਜੋ ਵੀ ਡਾਕੂਮੈਂਟ ਵੀ ਭੇਜਨੇ ਹੋ ਜਾਂ ਸਪੀਡ ਪੋਸਟ ਕਰੋਗੇ ਜਾਂ ਫਿਰ ਰੈਗੂਲਰ ਪੋਸਟ ਜਿੰਨੋਂ ਪਰ ਰਜਿਸਟਰਡ ਪੋਸਟ ਜਾਂ ਰਜਿਸਟਰੀ ਕਰਵਾਉਣਾ ਕਹਿੰਦੇ ਆ ਉਹਦੇ ਥਰੂ ਹੀ ਭੇਜੋਗੇ ਬਾਈ ਹੈਂਡ ਵੀ ਦਿੱਤਾ ਜਾ ਸਕਦਾ ਹੈ ਨੋਟੀਫਿਕੇਸ਼ਨ ਚ ਲਿਖਿਆ ਨਹੀਂ ਲੇਕਿਨ ਬਾਈ ਹੈਂਡ ਵੀ ਚੱਲੇਗਾ ਕੋਈ ਸ਼ੱਕ ਨਹੀਂ ਜੇ ਤੁਸੀਂ ਪਠਾਨਕੋਟ ਦੇ ਹੋ ਤਾਂ ਬਾਈ ਹੈਂਡ ਵੀ ਦੇ ਕੇ ਆ ਸਕਦੇ ਹੋ ਜੇ ਪਠਾਨਕੋਟ ਤੋਂ ਬਾਹਰ ਹੋ ਠੀਕ ਹੈ ਤੇ ਫਿਰ ਤੁਸੀਂ ਜੋ ਹੈ ਰਜਿਸਟਰੀ ਕਰ ਸਕਦੇ ਹੋ ਕਰੰਟਲੀ ਇਹ ਤੇ ਇੱਕ ਹੀ ਪੋਸਟ ਆ ਆਫਿਸ ਅਟੈਂਡੈਂਟ ਦੀ ਜਿਹੜੀ ਪੋਸਟ ਹੈ ਉਹ ਸਿਰਫ ਇੱਕ ਹੀ ਪੋਸਟ ਹੈ ਲੇਕਿਨ ਇਹਦੇ ਲਈ ਵੀ ਤੁਸੀਂ ਜ਼ਰੂਰ ਇਹ ਐਪਲੀਕੇਸ਼ਨ ਭੇਜੋ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਰਕਾਰੀ ਫੀਸ ਨਹੀਂ ਹੈਗੀ ਠੀਕ ਹੈ ਨੰਬਰ ਆਫ ਪੋਸਟ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਾ ਹਾਂ ਇੱਕ ਪੋਸਟ ਹੈ ਇਹਦੇ ਵਿੱਚ ਇੱਕ ਪੋਸਟ ਲਈ ਹੀ ਕੰਪੀਟੀਸ਼ਨ ਹੋਏਗਾ ਠੀਕ ਹੈ ਇਸ ਤੋਂ ਇਲਾਵਾ ਮੈਂ ਅਗਲੀ ਵੀਡੀਓ 'ਚ ਤੁਹਾਨੂੰ ਜੋ ਦੂਸਰੀਆਂ ਭਰਤੀਆਂ ਆਈਆਂ ਪੀਐਨਪੀ ਦੇ ਵਿੱਚ ਉਹਦੇ ਬਾਰੇ ਵੀ ਜਾਣਕਾਰੀ ਦਵਾਂਗਾ ਜੇ ਤੁਹਾਨੂੰ ਉੱਚੋ ਕੋਈ ਪਸੰਦ ਆਈਂਦੀ ਤਾਂ ਉਹ ਵੀ ਦੇਖ ਲਿਓ ਲੇਕਿਨ ਕਰੰਟਲੀ ਇੱਕ ਹੀ ਪੋਸਟ ਹੈ ਅੱਛਾ ਇੰਪੋਰਟੈਂਟ ਡੇਟ ਤੋ 15 ਜਨਵਰੀ ਨੂੰ ਇਹ ਪ੍ਰਤੀ ਸ਼ੁਰੂ ਹੋ ਚੁੱਕੀ ਹੈ ਆਲਰੇਡੀ ਤੁਹਾਡੇ ਜਿਹੜੇ ਡਾਕੂਮੈਂਟ ਆ 7 ਫਰਵਰੀ ਤੱਕ ਹਲੇ ਵੀ ਕਾਫੀ ਟਾਈਮ ਹੈਗਾ ਇੱਕ ਦਿਨ ਚ ਪਹੁੰਚ ਜਾਂਦੇ ਆ 7 ਫਰਵਰੀ ਤੱਕ ਜਿਹੜੇ ਡਾਕੂਮੈਂਟ ਆ ਇਹ ਤੁਹਾਡੇ ਉੱਥੇ ਪਹੁੰਚ ਜਾਣੇ ਚਾਹੀਦੇ ਹਨ ਉਹ ਵੀ ਸ਼ਾਮੀ 5 ਵਜੇ ਤੱਕ ਪਠਾਨਕੋਟ ਪਹੁੰਚ ਜਾਣੇ ਚਾਹੀਦੇ ਹਨ ਠੀਕ ਹੈ ਜੀ ਚਲੋ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਈਏ ਅਗਰ ਵੀਡੀਓ ਪਸੰਦ ਆਈਏ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਵੀ ਕਰ ਦਿਓ ਇਹਦੇ ਉੱਪਰ ਜੇ ਕੁਝ ਪੁੱਛਣਾ ਹੈ ਸ਼ੇਅਰ ਵੀ ਕਰ ਦਿਓ ਇਹਨੂੰ ਆਪਣੇ ਫਰੈਂਡਸ ਦੇ ਨਾਲ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਇੱਕੋ ਘੰਟੀ ਵਾਲਾ ਬਟਨ ਜੇ ਲੱਗਾ ਹੁੰਦਾ ਹੈ ਉਹਨੂੰ ਦਬਾ ਦਿਓ ਠੀਕ ਹੈ ਸਾਰੀ ਨੋਟੀਫਿਕੇਸ਼ਨ ਆਉਂਦੀ ਰਹਿਣਗੀਆਂ ਤੁਹਾਨੂੰ ਤੇ ਜੇ ਇਹਦੀ ਇੰਟਰਵਿਊ ਦੀ ਵੀਡੀਓ ਚਾਹੀਦੀ ਹੈ ਕਿਸ ਤਰ੍ਹਾਂ ਦੇ ਕੁਐਸਚਨ ਤੋਂ ਵੀ ਮੈਂ ਤੁਹਾਡੇ ਲਈ ਸਰਚ ਕਰ ਲਈ ਤਿਆਰ ਆ ਬਟ ਉਹੀ ਸ਼ਰਤ ਹੈ ਕਿ 10 ਕਮੈਂਟ ਹੋਣੇ ਚਾਹੀਦੇ ਆ 10 ਕਮੈਂਟ ਮੇਰੀ ਕੋਈ ਖਾਸ ਕੰਡੀਸ਼ਨ ਨਹੀਂ ਹੈ ਬਟ ਇਟਸ ਲਾਈਕ ਮੈਨੂੰ ਪਤਾ ਲੱਗੇ ਕਿ ਘੱਟ ਤੋਂ ਘੱਟ 10 ਲੋਕ ਤਾਂ ਉਹ ਵੀਡੀਓ ਨੂੰ ਸੁਣਨਗੇ ਤਾਂ ਕਰਕੇ 10 ਕਮੈਂਟ ਮੰਗੇ ਜਾਂਦੇ ਤੁਹਾਡੇ ਕੋਲ ਹੋਰ ਇਹਦੀ ਕੋਈ ਵਜ੍ਹਾ ਨਹੀਂ ਆ ਕਮੈਂਟ ਤੁਸੀਂ ਕਰਦੇ ਹੋ ਤਾਂ ਮੈਨੂੰ ਕੋਈ ਪੈਸੇ ਨਹੀਂ ਮਿਲਦੇ ਠੀਕ ਹੈ ਜੀ ਇਹ ਚੀਜ਼ ਹੈ ਚਲੋ ਇਸ ਵੀਡੀਓ ਨੂੰ ਖਤਮ ਕਰਦੇ ਆ ਅਗਲੀ ਵੀਡੀਓ ਚ ਬਹੁਤ ਜਲਦੀ ਤੁਹਾਡੇ ਨਾਲ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ